ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡੀ ਰੁਪਿੰਦਰ ਰਿੰਪੀ। ਸੋ ਅਸੀਂ ਪਹੁੰਚ ਚੁੱਕੇ ਹਾਂ ਸਿੱਧੂ ਮੂਸੇਵਾਲੇ ਦੇ ਪਿੰਡ, ਪਿੰਡ ਮੂਸਾ, ਜ਼ਿਲ੍ਹਾ ਮਾਨਸਾ, ਜਿਨ੍ਹਾਂ ਦੀ ਕੱਲ੍ਹ ਨੂੰ ਸਾਲਾਨਾ ਵਰਸੀ, ਪਹਿਲੀ ਵਰਸੀ ਮਨਾਈ ਜਾ ਰਹੀ ਹੈ ਜੀ। ਸਾਰਿਆਂ ਨੇ ਸ਼ਰਧਾ ਦੇ ਫੁੱਲ ਭੇਟ ਕਰਨੇ, ਸਾਰਿਆਂ ਨੇ ਆਸ਼ੀਰਵਾਦ ਦੇਣਾ ਵੀ ਸਿੱਧੂ ਮੂਸੇਵਾਲੇ ਨੂੰ ਵਾਹਿਗੁਰੂ ਦੁਆਰਾ ਦੁਨੀਆ 'ਤੇ ਭੇਜੇ, ਮੋੜ ਕੇ ਆਪਣੇ ਚਰਨਾਂ 'ਚ ਨਿਵਾਸ ਬਖਸ਼ੇ। ਕਦੇ ਨਹੀਂ ਸੋਚਿਆ ਸੀ, ਕਿਸੇ ਨੇ ਨਹੀਂ ਸੋਚਿਆ ਸੀ ਵੀ ਸਿੱਧੂ ਮੂਸੇਵਾਲੇ ਨੂੰ ਕਦੇ ਆਪਾਂ ਬੁੱਤ ਦੇ ਰੂਪ 'ਚ ਦੇਖਾਂਗੇ। ਜਿਨ੍ਹਾਂ ਨੇ ਥੋੜ੍ਹੇ ਸਮੇਂ 'ਚ ਬਹੁਤ ਜ਼ਿਆਦਾ ਤਰੱਕੀਆਂ ਕਰੀਆਂ, ਬਹੁਤ ਜ਼ਿਆਦਾ ਚੜ੍ਹਾਈ ਕਰੀ ਸੀ। ਵਿੱਚ ਨਹੀਂ ਜਾਣਾ ਬਹੁਤ ਦੁੱਖ ਲੱਗਿਆ। ਸ਼ੁਭਦੀਪ ਤੇਰਾ ਨਾਮ ਰੱਖਿਆ ਸੀ ਚਾਅ ਨਾਲ, ਚਮਕਿਆ ਸੀ ਸਿੱਧੂ ਮੂਸੇਵਾਲੇ ਦੇ ਨਾਮ ਨਾਲ, ਟਿੱਬਿਆਂ ਦਾ ਜੱਟ ਅੰਬਰਾਂ ਨੂੰ ਹੱਥ ਪਾ ਗਿਆ। ਜਿਹੜੇ ਸ਼ੋਅ ਦੇਖਣ ਦਾ ਵੈਰੀ ਲੈਂਦੇ ਸੀ ਸੁਪਨਾ, ਨਾਟ 11 ਵਾਇਰਲੈਸ ਫੈਸਟੀਵਲ ਵਿੱਚ ਭੜਥੂ ਪਾ ਕੇ ਬਲਕੌਰ ਸਿੰਘ ਦੀ ਅੱਖ ਦਾ ਤਾਰਾ ਚਰਨ ਕੌਰ ਦਾ ਜਾਇਆ। 29 ਮਈ ਨੂੰ ਐਸਾ ਕਾਲ ਕੁੱਦਿਆ ਘਰ, ਹਨੇਰਾ ਛਾਇਆ ਸੀ। ਸੋ ਬਹੁਤ ਦੁੱਖ ਦੀ ਗੱਲ ਹੈ ਜੀ। ਆ ਦੇਖੋ ਸ਼ੇਰੂ ਮੇਰੂ ਦੋ ਇਹਨਾਂ ਦੇ, ਜਿਹੜੇ ਬਹੁਤ ਪਿਆਰ ਕਰਦੇ ਸੀਗੇ ਡੌਗੀ ਇਹਨਾਂ ਨੂੰ, ਜਿਨ੍ਹਾਂ ਨੇ ਕਿੰਨੇ ਦਿਨ ਰੋਟੀ ਨਹੀਂ ਖਾਧੀ। ਬਹੁਤ ਦੁੱਖ ਲੱਗਿਆ। ਜਿਨ੍ਹਾਂ ਦੀ ਆਵਾਜ਼ ਬੱਚੇ ਦੇ ਆਲ ਵਾਲ 'ਚ ਕੰਨਾਂ 'ਚ ਗੂੰਜਦੀ ਹੈ, ਗੋਰੇ ਕੀ ਕਾਲੇ ਕੀ, ਸਭ ਨੇ ਇਹਨਾਂ ਨੂੰ ਪਿਆਰ ਕੀਤਾ। ਅਤੇ ਬਣਾਉਣ ਵਾਲੇ ਵੀ ਮੇਰੇ ਵੀਰ ਦਾ ਮੈਂ ਧੰਨਵਾਦ ਕਰਦੀ ਹਾਂ, ਕਮਾਲ ਕਰਤੀ ਜਮਾਂ। ਐਂ ਲੱਗਦਾ ਵੀ ਸ਼ਾਮਲ ਤੱਕ ਹੀ ਸਾਡੇ ਸਿੱਧੂ ਮੂਸੇਵਾਲਾ ਸਾਹਿਬ ਸਾਡੇ ਸਾਹਮਣੇ ਖੜਿਆ ਜਿਵੇਂ ਸਟੇਜ 'ਤੇ ਖੜ੍ਹੇ ਹੁੰਦੇ ਆ। ਸੋ ਵੀਰ ਦਾ ਵੀ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਉਹਨਾਂ ਦੀਆਂ ਯਾਦਾਂ ਨੂੰ ਕਾਇਮ ਰੱਖਿਆ, ਅਤੇ ਸਾਡੇ ਸਿੱਧੂ ਮੂਸੇਵਾਲੇ ਦੇ ਮਾਤਾ ਪਿਤਾ ਨੂੰ ਵਾਹਿਗੁਰੂ ਲੰਬੀਆਂ ਉਮਰਾਂ ਬਖਸ਼ੇ ਅਤੇ ਦਲੇਰੀ ਅਤੇ ਹੌਂਸਲਾ ਬਖਸ਼ੇ। ਕਿਉਂਕਿ ਬਹੁਤ ਔਖਾ ਹੁੰਦਾ ਕਿਸੇ ਮਾਂ ਦਾ ਪੁੱਤ, ਕਿਸੇ ਪਿਓ ਦੇ ਅੱਖੀਆਂ ਦਾ ਤਾਰਾ, ਮਾਂ ਦੇ ਅੱਖੀਆਂ ਤਾਰਾ ਸਾਹਮਣੇ ਚਲਿਆ ਜਾਵੇ ਛੋਟੀ ਉਮਰ 'ਚ, ਬਹੁਤ ਦੁੱਖ ਲੱਗਦਾ। ਸੋ ਇਹ ਜੱਦੀ ਪਿੰਡ ਆ ਸਿੱਧੂ ਮੂਸੇਵਾਲਾ, ਜਿੱਥੇ ਸਿੱਧੂ ਮੂਸੇਵਾਲੇ ਪੜ੍ਹੇ ਲਿਖੇ, ਗਰੀਬੀ 'ਚੋਂ ਨਿਕਲ ਕੇ ਕਿੱਡੀਆਂ ਕਿੱਡੀਆਂ ਤਰੱਕੀਆਂ ਕਰੀਆਂ, ਪਿਤਾ ਬਲਕੌਰ ਸਿੰਘ, ਮਾਤਾ ਚਰਨਜੀਤ ਕੌਰ ਜੀ। ਹੈਲੋ ਪ੍ਰੀਤ, ਕੁਛ ਨਹੀਂ, ਹੈਂ।
ਇਹ ਜ਼ਰੂਰੀ ਬੇਨਤੀ ਲਿਖੀ ਹੋਈ ਜੀ ਪਰਿਵਾਰ ਵੱਲੋਂ ਨੇ ਮੇਰੇ ਸਿਰੇ ਬੇਨਤੀ ਕੀਤੀ ਜਾਂ ਇਸ ਜਗ੍ਹਾ 'ਤੇ ਪੈਸਿਆਂ ਦਾ ਮੱਥਾ ਨਾ ਟੇਕਿਆ ਜਾਵੇ। ਸਿੱਧੂ ਮੂਸੇਵਾਲਾ ਸਿਰਫ ਸ਼ਬਦ ਗੁਰੂ ਵਿੱਚ ਯਕੀਨ ਰੱਖਦਾ ਸੀ, ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਟੇਕੋ। ਬਾਈ ਸਿੱਧੂ ਨੂੰ ਪਿਆਰ ਕਰਨ ਵਾਲੇ ਇੱਕ ਇੱਕ ਪੌਦਾ ਲਗਾ ਕੇ ਉਸ ਨੂੰ ਪਾਲ ਕੇ ਵੱਡਾ ਕਰੋ ਉਹਨਾਂ ਦੀ ਯਾਦ ਵਿੱਚ। देखो जी 24 घंटे दुकाना सजिया रहिंदियां ने इत्थे, उन्हां दियां यादां दियां टी साल्टां स्टीकर बहुत कुछ मिलदा है। सो क्योंकि इहो जे महान योधे दुनिया ते बहुत घट उम्र लैके पैदा हुंदे है। लेख ना मिटे हे सखी जो लिखिया करतार, जो वाहिगुरू ने लिखता उहनूं कोई मेट नहीं सकदा। पर बहुत दुख लगता है जे अज साढ़े बिच हुंदा, कल नूं उहदी बरसी मनाई जानी है। जे खुद बंदा जिउंदा आपां नूं पाठ कराउंदा, आपां उत्थे आउंदे किन्नी खुशी मिलदी आपां नूं, बहुत दुख लगता है। सो सिद्धू मूसे वाले वीर नूं वाहिगुरू अपने चरणा च निवास बख्शे ते माँ प्यो नूं भाणा मन्नण दा बल बख्शे, दलेरी बख्शे, हिम्मत बख्शे, हौसला बख्शे। सारिआं नूं सति श्री अकाल।